ਜਿਉਂਦਿਆਂ ਦੀ ਵਿੱਚ ਅਦਾਲਤ ਨਿਤ ਪੈਣ ਮੋਇਆਂ ਨੂੰ ਵਾਜਾਂ। ਕਦੀ ਤਾਂ ਮੋਏ ਮੁਨਸਫ ਬਣਦੇ, ਕਦੀ ਭਰਨ ਖਰਾਜਾਂ। ਕਬਰਾਂ ਵਿੱਚ ਵੀ ਸੌਣ ਨਾ ਦਿੰਦੇ ਇਹ ਬਿੰਦੀ ਏ ਨਾਦੀ। ਇੱਕ ਵਾਰੀ ਜੋ ਜਨਮ ਲਵੇ ਉਹ ਸੁਲਗੇ ਆਦਿ ਜੁਗਾਦੀ। ਅਸਲਾਮੁਅਲੈਕੁਮ, ਸਤਿ ਸ੍ਰੀ ਅਕਾਲ। ਮੈਂ ਮੁਨੀਰ ਹੁਸ਼ਿਆਰਪੁਰੀਆ, ਔਰ ਅੱਜ ਮੈਂ ਤੁਹਾਨੂੰ ਸੈਰ ਕਰਵਾ ਰਿਹਾ ਹਾਂ ਸੈਣੀ ਬਾਰ ਦੀ। ਲਹਿੰਦੇ ਪੰਜਾਬ, ਪਾਕਿਸਤਾਨ ਦਾ ਇਹ ਏਰੀਆ ਬਹੁਤ ਖੂਬਸੂਰਤ ਏਰੀਆ ਹੈ, ਔਰ ਇਹ ਏਰੀਆ ਜੋ ਹੈ ਇਹ ਨਨਕਾਣਾ ਸਾਹਿਬ ਦੇ ਲਹਿੰਦੇ ਵਾਲੀ ਸਾਈਡ ਵੱਲ ਹੈ, ਔਰ ਜਿਸ ਸੜਕ ਦੇ ਉੱਤੇ ਮੈਂ ਸਫ਼ਰ ਕਰ ਰਿਹਾ ਹਾਂ ਇਹ ਸੜਕ ਸ਼ਾਹਕੋਟ ਤੋਂ ਆ ਕੇ ਨਨਕਾਣਾ ਸਾਹਿਬ ਵੱਲ ਜਾ ਰਹੀ, ਜਾਂ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਇਹ ਸੜਕ ਨਨਕਾਣਾ ਸਾਹਿਬ ਤੋਂ ਸ਼ਾਹਕੋਟ ਵੱਲ ਜਾਂਦੀ ਹੈ। ਔਰ ਇਸ ਸੜਕ ਦੇ ਉੱਤੇ ਹੀ ਬੜੇ ਮਸ਼ਹੂਰ ਪਿੰਡ ਆਉਂਦੇ, ਔਰ ਸੰਨ 47 ਦੇ ਉਜਾੜਿਆਂ ਤੋਂ ਪਹਿਲੇ ਸੈਣੀ ਕੌਮ ਦੇ ਲੋਕ ਇਹਨਾਂ ਪਿੰਡਾਂ ਦੇ ਵਿੱਚ ਆਬਾਦ ਸੀ। ਔਰ ਇਹਨਾਂ ਮਸ਼ਹੂਰ ਪਿੰਡਾਂ ਦੇ ਵਿੱਚ ਪੰਜ ਚੱਕ, ਛੇ ਚੱਕ ਰਾਮਨਗਰ, ਔਰ ਸੱਤ ਚੱਕ ਸੈਣੀ ਬਾਰ ਖਾਸ ਤੌਰ 'ਤੇ ਬਹੁਤ ਮਸ਼ਹੂਰ ਨੇ। ਇਸ ਤੋਂ ਇਲਾਵਾ ਵੀ ਆਲ ਦੁਆਲੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੈਣੀ ਕੌਮ ਦੇ ਲੋਕ ਆਬਾਦ ਸਨ। ਔਰ ਉਹ ਸੈਣੀ ਕੌਮ ਦੇ ਲੋਕਾਂ ਨੂੰ ਤਾਲੀਮ ਦੇ ਨਾਲ ਇੰਨੀ ਮੁਹੱਬਤ ਸੀ ਕਿ ਉਹਨਾਂ ਨੇ ਅੱਜ ਤੋਂ 105 ਸਾਲ ਪਹਿਲੇ 1916 ਦੇ ਵਿੱਚ ਇਸ ਏਰੀਏ ਦੇ ਵਿੱਚ ਇੱਕ ਨਹਾਇਤ ਹੀ ਸ਼ਾਨਦਾਰ ਕਿਸਮ ਦਾ ਹਾਈ ਸਕੂਲ ਆਪਣੀ ਮਦਦ ਆਪ ਦੇ ਤਹਿਤ ਬਣਾਇਆ ਸੀ, ਔਰ ਉਹ ਸਕੂਲ ਅੱਜ ਵੀ ਮੌਜੂਦ ਹੈ, ਔਰ ਉਸਦਾ ਨਾਮ ਗੌਰਮੈਂਟ ਹਾਈ ਸਕੂਲ ਸੱਤ ਚੱਕ ਸੈਣੀ ਬਾਰ ਹੈ। ਔਰ ਉਹ ਜੋ ਸਕੂਲ ਅੱਜ ਤੋਂ ਜੋ 105 ਸਾਲ ਪਹਿਲੇ ਬਣਾਇਆ ਗਿਆ ਸੀ, ਔਰ ਉਸ ਸਕੂਲ ਤੋਂ ਬੜੀਆਂ ਨਾਮਵਰ ਹਸਤੀਆਂ ਨੇ ਤਾਲੀਮ ਹਾਸਲ ਕੀਤੀ, ਜਿਨ੍ਹਾਂ ਦੇ ਵਿੱਚ ਮੈਂ ਖਾਸ ਤੌਰ 'ਤੇ ਪ੍ਰੋਫੈਸਰ ਹਜ਼ਾਰਾ ਸਿੰਘ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਇਹ 105 ਸਾਲ ਪਹਿਲੇ ਸੈਣੀਆਂ ਨੇ ਆਪਣੀ ਮਦਦ ਆਪ ਦੇ ਤਹਿਤ ਇਹ ਸਕੂਲ ਬਣਾਇਆ। ਸੰਨ 47 ਦੇ ਉਜਾੜਿਆਂ ਦੇ ਟਾਈਮ ਉਹਨਾਂ ਨੂੰ ਇੱਥੋਂ ਜਾਣਾ ਪੈ ਗਿਆ, ਪਰ ਤਾਲੀਮ ਨਾਲ ਉਹਨਾਂ ਦੀ ਮੁਹੱਬਤ ਖਤਮ ਨਾ ਹੋ ਸਕੀ, ਔਰ ਉਹਨਾਂ ਨੇ ਨਾ ਸਿਰਫ ਤਾਲੀਮ ਨਾਲ ਆਪਣੀ ਮੁਹੱਬਤ ਨੂੰ ਜਾਰੀ ਰੱਖਿਆ, ਬਲਕਿ ਇਸ ਏਰੀਏ ਨਾਲ ਵੀ ਆਪਣੀ ਜੁੜਤ ਨੂੰ, ਆਪਣੀ ਸਾਂਝ ਨੂੰ ਉਹ ਭੁੱਲ ਨਾ ਸਕੇ। ਔਰ ਉਹਨਾਂ ਨੇ ਇੱਥੋਂ ਜਾ ਕੇ ਵੀ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਜਾ ਕੇ ਜਦੋਂ ਉਹ ਆਬਾਦ ਹੋਏ ਤਾਂ ਉੱਥੇ ਉਹਨਾਂ ਨੇ ਇਸੇ ਪਿੰਡ ਦੇ ਨਾਮ 'ਤੇ, ਸੱਤ ਚੱਕ ਸੈਣੀ ਬਾਰ ਦੇ ਨਾਮ 'ਤੇ ਹੀ ਉਹਨਾਂ ਨੇ ਉੱਥੇ ਜਾ ਕੇ ਸਕੂਲ ਔਰ ਕਾਲਜਿਸ ਬਣਾਏ। ਔਰ ਇਹ ਤੁਸੀਂ ਦੇਖ ਸਕਦੇ ਕਿ ਗੰਨੇ ਦੀਆਂ ਟਰਾਲੀਆਂ ਜੋ ਹੈ ਇਸ ਟਾਈਮ, ਚੂੰਕਿ ਗੰਨੇ ਦੀ ਕਟਾਈ ਦਾ ਮੌਸਮ ਚੱਲ ਰਿਹਾ ਤਾਂ ਸ਼ੂਗਰ ਮਿਲਜ਼ ਵੱਲ ਜਾ ਰਹੀਆਂ। ਔਰ ਇਹ ਏਰੀਆ ਖੇਤੀ ਦੇ ਲਿਹਾਜ਼ ਨਾਲ ਵੀ ਬਹੁਤ ਜ਼ਰਖੇਜ਼ ਏਰੀਆ ਹੈ, ਔਰ ਇਸ ਏਰੀਏ ਦਾ ਜ਼ਰਖੇਜ਼ ਹੋਣਾ ਬਣਦਾ ਹੈ ਕਿਉਂਕਿ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਗੇ ਮਹਾਂਪੁਰਖ ਦਾ ਜਨਮ ਹੋਇਆ। ਨਾ ਸਿਰਫ ਆਪ ਜੀ ਦਾ ਜਨਮ ਹੋਇਆ, ਬਲਕਿ ਆਪ ਜੀ ਦੇ ਪੈਰਾਂ ਦੀਆਂ ਤਲੀਆਂ ਇਸ ਪੂਰੇ ਏਰੀਏ ਦੇ ਵਿੱਚ ਲੱਗੀਆਂ ਹੋਈਆਂ। ਸੜਕ ਦੇ ਦੋਨਾਂ ਸਾਈਡ 'ਤੇ ਤੁਸੀਂ ਹਰੇ ਭਰੇ ਖੇਤ ਦੇਖ ਸਕਦੇ।
हूँ मैं इस रोड के उत्ते तकरीबन 30 किलोमीटर का सफ़र करके बिल्कुल ननकाणा साहब शहर के एंटर हो रहा और मैं अपनी इस वीडियो का जो है एंड वो बिल्कुल गुरुद्वारा जन्म स्थान श्री ननकाणा साहिब के सामने करांगा। तुसी सैनी बार दे बारे च ये पैकेज देखिया तुहानू किदां दा लगा साडे नाल शेयर जरूर करना। इदां दी होर वीडियोज़ देखण लई लैंदा पंजाब देखण लई साडे नाल जुड़े रहो। हुण मैं इजाजत चाहांगा, लै ओ यार हवाले रब दे मेले चार दिनां दे, उस दिन ईद मुबारक हो सी जिस दिन फेर मिलांगे।